ਹੈਲੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਘੈਂਟ ਹੋ ਗਏ ਅੱਜ ਅਸੀਂ ਜਾ ਰਹੇ ਹਾਂ ਟ੍ਰਿਪ ਹਿਮਾਚਲ ਦੀ ਗੁਰੂ ਸਾਹਿਬ ਦੀ ਅਸੀਂ 6:05 ਉੱਠ ਗਏ ਤੇ ਇਸ ਨੂੰ ਜਾ ਕੇ ਮਿਲਦੇ ਹੋ ਤੁਸੀਂ ਸਿੱਧਾ ਗੁਰਦੁਆਰਾ ਦੇਖੋ ਅੱਜ ਆਪਾਂ ਟ੍ਰਿਪ ਦੀ ਸ਼ਾਰਟ ਕਰ ਲਈ ਪਾਲਕੇ ਸਾਹਿਬ ਜੀ ਅੱਗੇ ਬਹੁਤ ਸੋਹਣਾ ਵਿਊ ਹੋ ਰਿਹਾ ਹੁਣ ਆਪਾਂ ਟ੍ਰਿਪ ਬਾਈ ਜਾ ਰਹੇ ਹਾਂ ਹਿੰਦੀ ਮੈਂ ਵਲੌਗ ਆਉਂਗੇ ਮੈਂ ਪੰਜਾਬੀ ਮੈਂ ਕਰ ਰਿਹਾ ਜੀ ਮੇਰੇ ਦੋਸਤ ਨਹੀਂ ਆਏ ਅਜੇ ਇੱਕ ਅੱਧਾ ਹੋਇਆ ਅਜੇ ਤਾਂ ਉਹਨਾਂ ਜਦ ਪੂਰੇ ਆ ਜਾਵਾਂਗੇ ਤੁਹਾਨੂੰ ਪੂਰਿਆਂ ਨਾਲ ਮਨ ਲਾਉਂਗੇ ਆਹ ਸ਼੍ਰੀ ਗੁਰੂ ਗੁਰਦੁਆਰਾ ਅੰਬ ਸਾਹਿਬ ਹੈ ਜੀ ਦੇਖੋ ਪਾਪਾ ਜੀ ਆਏ ਤਾਂ ਛੱਡਣ ਨਾਲੇ ਮੰਮਾ ਆਏ ਆ ਅਸੀਂ ਦੁਕਾਨੇ ਜਾ ਕੇ ਵਾਹਿਗੁਰੂ ਵਾਹਿਗੁਰੂ ਦੇਖ ਲਓ ਸਾਡੇ ਦੋਸਤ ਹੁਣ ਅਸੀਂ ਜਾ ਰਹੇ ਹਾਂ ਉੱਥੇ ਟ੍ਰਿਪ ਆ ਆਹ ਸਾਰੇ ਦੋਸਤ ਆ ਸਾਰੇ ਨਾ ਜਾਊਂਗੇ ਨਾਲ ਪਿੱਛੇ ਦੇਖ ਸਕੋ ਪੂਰੇ ਗੱਤਕਾ ਵਾਲੇ ਹੈ ਹੁਣ ਆਪਾਂ ਬਸ ਬੱਸਾਂ ਬੈਠੇ ਆ ਜੀ ਹਜੇ ਦੇਖੋ ਪੂਰੇ ਅਸੀਂ ਇੰਜੋਏ ਕਰਦੇ ਜਾਊਂਗੇ ਖਾਣੇ ਪੀਣੇ ਦਾ ਸਮਾਨ ਰੱਖ ਲਿਆ ਪੂਰਾ ਬੈਗ ਭਰ ਕੇ ਜਦੋਂ ਹੁਣ ਸਟਾਰਟ ਹੋ ਗਈ ਫਿਰ ਮਿਲੂੰਗੇ ਬੈਲੂਨ ਸਾ ਬਲੂਨ ਹੈ ਮੇਰੇ ਖਿਆਲ ਨਾ ਕਿਆ ਕੁਛ ਹੋਰ ਹੈ ਬਾਈ ਵੋਚ ਹੈ ਝੂਲਾ ਸਾ ਕਹਾਂ ਸੇ ਆ ਰਹੇ ਵੋ ਤਰ ਦੇਖ ਲਿਆ ਮੰਦਰ ਹੈ ਨਾ ਮੰਦਰ ਆ ਗਿਆ ਤੇ ਦੇਖੋ ਪੂਰੀ ਕੀਤੀ ਹਨੂੰਮਾਨ ਜੀ ਦੀ ਮੂਰਤੀ ਹੈ ਨਾ ਪੂਰੀ ਕੀਤੀ ਹੈ ਨਾ ਹਨੂੰਮਾਨ ਜੀ ਦੂਰੀ ਕੀਤੀ ਮੂਰਤੀ ਹੈ ਆਉਣੀ ਆਉਣੀ ਕੱਲ੍ਹ ਤੋਂ ਉਹਦਾ ਇੰਤਜ਼ਾਰ ਕਰਦੇ ਹਾਂ ਹਨੂੰਮਾਨ ਕਲੀਅਰ ਦਿਖਾ ਪਾਈਏ ਬੜਾ ਉਸ ਘੁੰਮ ਘੁੰਮਾ ਕੇ ਪੱਥਰ ਖਤਰਨਾਕ ਦੇ
ਜ਼ਿਆਦਾ ਦੇਖੋ ਜੀ ਮੇਰਾ ਰਾਸ ਦੇਖੀ ਆ ਦੇਖੋ ਜੀ ਹਨੂਮਾਨ ਜੀ ਦੀ ਮੂਰਤੀ ਬਹੁਤ ਬੜੀ ਆ ਜੀ ਹੈ ਨਾ ਪਤਾ ਕਲੀਅਰ ਪੂਰੀ ਨਹੀਂ ਦਿਖ ਰਹੀ ਕਿਉਂਕਿ ਉੱਧਰ ਵੀ ਮੇਰੇ ਖਿਆਲ ਉੱਧਰ ਨਹੀਂ ਜਾਊਂਗੇ ਹੁਣ ਪੈਰ ਲੁਕੇ ਪਏ ਜੇ ਹੁਣ ਮੈਂ ਕਦਾ ਦੇਖ ਰਿਹਾ ਜੀ ਕਦਾ ਹੋ ਗਈ ਹੁਣ ਦੇਖ ਰਹੀ ਕੋਈ ਜਗ੍ਹਾ ਜੇਕਰ ਰਾਸਤੇ ਆ ਰਹੇ ਬਹੁਤ ਟਾਈਮ ਹੋ ਗਈ 6 ਘੰਟੇ ਕਰਦੇ ਬਸ ਮੈਂ ਸਫ਼ਰੀ ਕਰ ਰਹੀ ਬਹੁਤ ਘੰਟਾ 2 ਘੰਟੇ ਬਹੁਤ ਟਾਈਮ ਪਿਆ ਜੇ ਨਾ ਪਰ ਹੁਣ ਆਊਂਗੀ ਮੂਰਤੀ ਹਨੂੰਮਾਨ ਜੀ ਦੀ ਉੱਧਰ ਹੈ ਨਾ ਮੂਰਤੀ ਨਾ ਹੁਣ ਅਸੀਂ 2-4-5-6 ਮਿੰਟ ਲਈ ਥੱਲੇ ਥੱਲੇ ਉਤਰੇ ਕਿ ਲੱਤਾਂ ਠੀਕ ਹੋ ਜੀ ਤੁਰਨ ਨੂੰ ਲੱਤਾਂ ਥੱਕ ਗਈਆਂ ਜੀ ਬੈਠੇ ਬੈਠੇ ਦੇਖੋ ਰੇ ਪਾਣੀ ਜਗ੍ਹਾ ਤਾਂ ਘੁੰਮ ਗਿਆ ਉੱਥੇ ਨਹਾ ਰਹੇ ਹਾਂ ਅਸੀਂ 7 ਵਜੇ ਪਹੁੰਚ ਗਏ ਤੇ ਹਜੇ ਤਿਆਰੀ ਤਿਊਰੀ ਕਰ ਰਹੇ ਹਾਂ ਬੈਗ ਕੱਢੇ ਸਾਰੇ ਦੇਖੋ ਪਹੁੰਚ ਗਏ ਹੁਣ ਸਾਰੇ ਪਹੁੰਚ ਗਏ 11 ਘੰਟੇ ਲੱਗੇ ਪੂਰੇ ਪਹੁੰਚਣ ਨੂੰ ਗਲਤ ਰਸਤੇ ਪਹੁੰਚ ਗਏ ਤੇ ਹੁਣ ਠੀਕ ਪਹੁੰਚੇ ਜੀ ਬਸ ਹਨੇਰਾ ਹੋ ਕੇ ਸੌਣ ਲੱਗੇ ਬਸ ਜੀ ਅੱਜ ਦਾ ਵਲੌਗ ਨਹੀਂ ਸੀ ਬਸ ਨਹੀਂ ਬਣਿਆ ਅੱਜ ਤਾਂ ਕੱਲ੍ਹ ਦਾ ਤੁਹਾਨੂੰ ਹੋਰ ਬਣਾਉਂਗੇ ਲਾਈਕ ਸਬਸਕ੍ਰਾਈਬ ਕਰਕੇ ਜੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਬਸ ਅੱਜ ਦਾ ਵਲੌਗ ਨਹੀਂ ਥੈਂਕ ਯੂ